ਹੁਣ ਤਾਂ ਭਗਵੰਤ ਮਾਨ ਸਰਕਾਰ ਵੀ ਕਹਿਣ ਲੱਗ ਚੁੱਕੀ ਹੈ ਕਿ ਤੁਸੀਂ ਹਮੇਸ਼ਾ ਪੰਜਾਬ ਨਾਲ ਜਾਂ ਫਿਰ ਪੰਜਾਬੀਆਂ ਨਾਲ ਐਵੇਂ ਕਿਉਂ ਕਰਦੇ ਹੋ, ਕਿਉਂਕਿ ਖਬਰਾਂ ਕੈਨੇਡਾ ਏਅਰਪੋਰਟ ਤੋਂ ਨਿਕਲ ਆ ਕੇ ਆ ਰਹੀਆਂ ਨੇ। ਉੱਥੋਂ ਦੀ ਇੱਕ ਸਿਟੀ ਹੈ ਜਿਸਦੇ ਨੇ ਬਹੁਤ ਸਾਰੇ ਪੰਜਾਬੀਆਂ ਦਾ ਖੂਨ ਚੂਸਣਾ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਬਹੁਤ ਸਾਰੇ ਪੰਜਾਬੀ ਭਰਾ ਆਪਣੇ ਕੈਨੇਡਾ ਸੁਪਨਾ ਲੈ ਕੇ ਬੈਠੇ ਆ ਅਤੇ ਉਹ ਕੈਨੇਡਾ ਦੀ ਫਾਈਲ ਲਾਉਂਦੇ ਆ। ਕੋਈ 30,000 ਰੁਪਏ ਦੇ ਕੇ ਲਾਉਂਦਾ ਅਤੇ ਕੋਈ 5 ਲੱਖ ਰੁਪਏ ਦੇ ਕੇ ਲਾਉਂਦਾ। ਉਹਨਾਂ ਦੀ ਤਾਂ ਰਿਫਿਊਜ਼ਲ ਆ ਜਾਂਦੀ ਹੈ, ਵਿਚਾਰੇ ਉਹ ਤਾਂ ਸਬਰ ਕਰ ਲੈਂਦੇ ਆ, ਚੱਲ ਕੋਈ ਨਾ ਰਿਫਿਊਜ਼ਲ ਆ ਗਈ ਫਿਰ ਟਰਾਈ ਕਰ ਲਾਂਗੇ। ਪਰ ਜਿਨ੍ਹਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਹੈ ਉਹ ਵਿਚਾਰੇ ਇੱਥੋਂ ਦਿੱਲੀ ਏਅਰਪੋਰਟ ਤੋਂ ਜਹਾਜ਼ ਚੜ੍ਹਦੇ ਆ, ਦਿੱਲੀ ਏਅਰਪੋਰਟ ਚੜ੍ਹਨ ਤੋਂ ਬਾਅਦ ਕੈਨੇਡਾ ਏਅਰਪੋਰਟ ਤੋਂ ਵਾਪਸ ਭੇਜ ਦਿੱਤੇ ਜਾਂਦੇ ਆ। ਮਤਲਬ ਕਿ ਉਹਨਾਂ ਨੂੰ ਥੋੜ੍ਹੀ ਜਿਹੀ ਖੁਸ਼ੀ ਤਾਂ ਹੁੰਦੀ ਹੈ, ਫੋਟੋਆਂ ਖਿੱਚੀਆਂ ਜਾਂਦੀਆਂ ਹੈ, ਪਰ ਉੱਧਰੋਂ ਫਿਰ ਵਾਪਸ ਭੇਜ ਦਿੱਤਾ ਜਾਂਦਾ ਹੈ ਕਿਉਂਕਿ ਸਵਾਲ ਜਵਾਬ ਬਹੁਤ ਜ਼ਿਆਦਾ ਕੀਤੇ ਜਾ ਰਹੇ ਆ। ਅਤੇ ਤੁਸੀਂ ਉਸ ਸਿਟੀ ਨੂੰ, ਉਸ ਏਅਰਪੋਰਟ ਨੂੰ ਅਵੋਇਡ ਕਰਨਾ ਹੈ। ਜਿੰਨਾ ਜ਼ਿਆਦਾ ਤੁਸੀਂ ਉਸ ਸਿਟੀ ਨੂੰ ਅਵੋਇਡ ਕਰੋਗੇ, ਜੂਨ 2024 ਤੋਂ ਬਾਅਦ ਜਿੰਨੇ ਵੀ ਸਟੂਡੈਂਟ ਆ ਰਹੇ ਆ, ਵਿਜ਼ਟਰ ਵੀਜ਼ੇ 'ਤੇ ਆ ਰਹੇ ਆ, ਸਟੂਡੈਂਟ ਵੀਜ਼ੇ 'ਤੇ ਆ ਰਹੇ ਆ, ਵਰਕ ਪਰਮਿਟ 'ਤੇ ਆ ਰਹੇ ਆ, ਜੇਕਰ ਤੁਸੀਂ ਉਸ ਏਅਰਪੋਰਟ ਰਾਹੀਂ ਆਓਗੇ ਤਾਂ ਤੁਸੀਂ ਵੀ ਕੈਨੇਡਾ ਏਅਰਪੋਰਟ ਤੋਂ ਡਿਪੋਰਟ ਹੋ ਜਾਓਗੇ, ਜਾਂ ਫਿਰ ਤੁਹਾਨੂੰ ਕਿਹਾ ਜਾਊਗਾ ਕਿ ਰਿਫਿਊਜ਼ੀ ਕੇਸ ਲਾਓ। ਜੇਕਰ ਤੁਸੀਂ ਰਿਫਿਊਜ਼ੀ ਕੇਸ ਲਾਓਗੇ ਤਾਂ ਤੁਹਾਡੇ ਲਈ ਹੋਰ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਬਣ ਜਾਣਗੀਆਂ। ਪਰ ਜੇਕਰ ਤੁਸੀਂ ਡਿਪੋਰਟ ਹੋਵੋਗੇ ਤਾਂ ਤੁਹਾਨੂੰ ਪਤਾ ਹੀ ਹੈ ਤੁਹਾਡੇ ਨਾਲ ਕੀ ਹੋਵੇਗਾ, ਜਿੰਨਾ ਵੀ ਪੈਸਾ ਲਾਇਆ ਹੈ ਸਾਰੇ ਦਾ ਸਾਰਾ ਵੇਸਟ। ਇਸ ਲਈ ਤੁਸੀਂ ਕਿਊਬਿਕ ਦੇ ਮੌਂਟਰਲ ਏਅਰਪੋਰਟ ਨੂੰ ਅਵੋਇਡ ਕਰਨਾ ਹੈ। ਤੁਸੀਂ ਕੋਈ ਵੀ ਫਲਾਈਟ ਕਿਊਬਿਕ ਦੇ ਮੌਂਟਰਲ ਸ਼ਹਿਰ ਦੇ ਵਿੱਚ ਨਹੀਂ ਲੈਣੀ। ਜਿੰਨੀਆਂ ਵੀ ਫਲਾਈਟਸ ਤੁਸੀਂ ਲੈਣੀਆਂ ਹੈ ਜੇਕਰ ਕੈਨੇਡਾ ਦੇ ਵਿੱਚ ਐਂਟਰੀ ਕਰਨਾ ਚਾਹੁੰਦੇ ਹੋ ਤਾਂ ਵੈਨਕੂਵਰ ਏਅਰਪੋਰਟ ਰਾਹੀਂ ਜਾਂ ਫਿਰ ਟਰਾਂਟੋ ਏਅਰਪੋਰਟ ਰਾਹੀਂ, ਮਤਲਬ ਇਹਨਾਂ ਦੋਵਾਂ ਏਅਰਪੋਰਟ ਨੂੰ ਤੁਸੀਂ ਚੂਜ਼ ਕਰ ਸਕਦੇ ਹੋ, ਵੈਨਕੂਵਰ ਨੂੰ ਚੂਜ਼ ਕਰ ਸਕਦੇ ਹੋ, ਟਰਾਂਟੋ ਨੂੰ ਚੂਜ਼ ਕਰ ਸਕਦੇ ਹੋ। ਅਤੇ ਇੱਥੇ ਬਹੁਤ ਜ਼ਿਆਦਾ ਸਵਾਲ ਜਵਾਬ ਨਹੀਂ ਕੀਤੇ ਜਾਂਦੇ, ਇੱਥੇ ਜ਼ਿਆਦਾ ਰੋਕ ਟੋਕ ਨਹੀਂ ਕੀਤੀ ਜਾਂਦੀ ਅਤੇ ਆਪਣੇ ਪੰਜਾਬੀ ਭਰਾਵਾਂ ਨੂੰ ਲੰਘਾ ਦਿੱਤਾ ਜਾਂਦਾ ਹੈ। ਪਰ ਜੇਕਰ ਤੁਸੀਂ ਕਿਊਬਿਕ ਦੇ ਮੌਂਟਰਲ ਏਅਰਪੋਰਟ ਰਾਹੀਂ ਆਓਗੇ ਤਾਂ ਬਸ ਇਹ ਯਾਦ ਰੱਖਿਓ, ਇਕੱਲਾ ਖਾਲੀ ਬੈਗ ਲੈ ਕੇ ਭਾਵੇਂ ਜਾਵੜੋ, ਉੱਥੋਂ ਖਾਲੀ ਬੈਗ ਲੈ ਕੇ ਤੁਹਾਨੂੰ 24 ਘੰਟਿਆਂ ਦੇ ਅੰਦਰ ਅੰਦਰ ਬੈਕ ਇੰਡੀਆ ਵਾਪਸ ਭੇਜ ਦਿੱਤਾ ਜਾਊਗਾ। ਜੇਕਰ ਰਿਫਿਊਜ਼ੀ ਕੇਸ ਲਾਓਗੇ ਐਂਟਰੀ ਮਿਲ ਜੂਗੀ, ਪਰ ਬਹੁਤ ਜ਼ਿਆਦਾ ਪ੍ਰੋਬਲਮਸ ਹੋਣਗੀਆਂ। ਹੋਰ ਵੀਡੀਓ ਨੂੰ ਜਾਣਕਾਰੀ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ ਅਤੇ ਹੋਰ ਜਾਣਕਾਰੀਆਂ ਬਹੁਤ ਆਉਣਗੀਆਂ।